ਆਮ ਆਦਮੀ ਪਾਰਟੀ ਦਾ ਜਾਂ ਕੇਜਰੀਵਾਲ ਦੇ ਅਸਤੀਫੇ ਦਾ ਸਵਾਲ ਹੈ, ਬੜੀ ਸਿੱਧਾ ਸਿੱਧਾ ਇਹ ਸ਼ਹਿ ਔਰ ਮਾਤ ਦਾ ਖੇਡ ਆ। ਉਦੋਂ ਤੋਂ ਕਿਉਂ ਨਹੀਂ ਦਿੱਤਾ ਜਿੱਦਣ ਤੋਂ ਸਾਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ? ਜੇਲ੍ਹ 'ਚ ਇਸ ਤਰ੍ਹਾਂ ਹੀ ਤਾਂ ਨਹੀਂ ਭੇਜ ਦਿੱਤਾ ਜਾਂਦਾ। ਅਤੇ ਹੁਣ ਇਹ ਸ਼੍ਰੀਮਾਨ ਜੀ ਕਿਹੜੇ ਮੂੰਹ ਨਾਲ ਅਸਤੀਫਾ ਦੇ ਰਹੇ ਨੇ ਅਤੇ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਮੁੱਖ ਮੰਤਰੀ ਕਹਾਉਂਦੇ ਨੇ? ਇਹ ਤਾਂ ਇਹਨਾਂ ਨੂੰ ਵੀ ਅੱਜ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ, ਇਹਨਾਂ ਦੇ ਵਰਕਰਾਂ ਨੂੰ ਵੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਹੁਣ ਜੇ 2.5 ਸਾਲ ਦੇ ਵਿੱਚ ਤੁਸੀਂ ਇਹ ਹਾਲ ਕਰਤਾ, ਜੇ ਤੁਹਾਨੂੰ ਹੋਰ ਸਮਾਂ ਮਿਲ ਗਿਆ ਤੁਸੀਂ ਕੀ ਕਰੋਗੇ? ਦੇਖੋ ਅੱਜ ਸਭ ਤੋਂ ਵੱਡਾ ਕਰਪਸ਼ਨ ਦਾ ਚਾਰਜ ਇਹਨਾਂ ਦੇ ਉੱਤੇ ਲੱਗਿਆ, ਜਿਹੜਾ ਆਪਣੀ ਕੁਰਸੀ ਨਾਲ ਬਹੁਤ ਪਿਆਰ ਕਰਦਾ। ਜਦੋਂ ਇਹਨੂੰ ਪਤਾ ਲੱਗਿਆ ਸੰਜੇ ਜੀ ਦੀ ਜ਼ਮਾਨਤ ਹੋ ਗਈ ਇਹਨਾਂ ਦੇ ਸੀਨੀਅਰ ਲੀਡਰ ਨੇ, ਉਹ ਤੋਂ ਬਾਅਦ ਹੋ ਗਈ ਇਹਨਾਂ ਦੇ ਦੂਸਰੇ ਜਿਹੜੇ ਉਪ ਮੁੱਖ ਮੰਤਰੀ ਸੀਗੇ ਉਹਨਾਂ ਦੀ ਜ਼ਮਾਨਤ ਹੋ ਗਈ, ਕਿਤੇ ਨਾ ਕਿਤੇ ਆਵਾਜ਼ ਉੱਠਣ ਲੱਗ ਗਈ ਵੀ ਕੇਜਰੀਵਾਲ ਜੀ ਦੀ ਨਹੀਂ ਹੋਈ ਤਾਂ ਇਹਨਾਂ 'ਚੋਂ ਸੀਨੀਅਰ ਬੰਦੇ ਨੇ ਮੁੱਖ ਮੰਤਰੀ ਬਣਾ ਲਈਏ। ਇਹ ਆ ਦੇਸ਼ ਦੀ ਭਾਵਨਾ। ਔਰ ਇੱਕ ਪਾਸੇ ਓਪੋਜੀਸ਼ਨ ਦਾ ਲੀਡਰ ਆਪਣੇ ਦੇਸ਼ ਦਾ ਭੰਡੀ ਪ੍ਰਚਾਰ ਕਰਨ ਲਈ ਉਹਨਾਂ ਲੋਕਾਂ ਕੋਲ ਜਾ ਕੇ ਬੈਠਦਾ, ਉਹਨਾਂ ਨਾਲ ਗੱਲਾਂ ਕਰਦਾ ਜਿਹੜੇ ਲੋਕਾਂ ਦੇ ਉੱਤੇ ਦੇਸ਼ ਨੂੰ ਤੋੜਨ ਮਰੋੜਨ ਦੇ ਲਗਾਤਾਰ ਇਲਜ਼ਾਮ ਨੇ। ਉਹ ਰਾਜਾ ਵੜਿੰਗ ਜੀ ਨੂੰ ਜਿੱਥੇ ਤੱਕ ਦੇਖਣ ਦੀ ਗੱਲ ਆ, ਰਾਜਾ ਵੜਿੰਗ ਜੀ ਤਾਂ ਇੱਕ ਮਤਲਬ ਹੋਛੀ ਗੱਲ ਕਰਨ ਵਾਲੇ ਇਨਸਾਨ ਦੇ ਤੌਰ 'ਤੇ ਮੈਂ ਦੇਖਦਾ ਉਹਨੂੰ। ਕੋਈ ਕੰਡੀਸ਼ਨ ਨਹੀਂ, ਹਰੇਕ ਦੇ ਲਈ ਜਿਹੜਾ ਹਿੰਦੁਸਤਾਨ ਵਾਸੀ ਆ ਉਹਦੇ ਲਈ ਬਰਾਬਰ ਦਾ ਹੱਕ ਲੈ ਕੇ ਉਹ ਆ ਰਹੇ ਨੇ, ਇਹੀ ਬਹੁਤ ਵੱਡੀ ਉਪਲਬਧੀ ਆ। ਹਰ ਚੀਜ਼ ਉਹ ਪਬਲਿਕ ਤੱਕ ਪਹੁੰਚਣੀ ਸ਼ੁਰੂ ਹੋਈ ਆ ਜਿਹੜੀ ਉਹ ਇੱਕ ਆਮ ਆਦਮੀ ਜੋ ਉਹਨੂੰ ਡਿਜ਼ਰਵ ਕਰਦਾ। ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਬਹੁਤ ਉੱਪਰ ਜਾ ਰਿਹਾ ਔਰ ਤੀਸਰੀ ਵਾਰੀ ਹਰਿਆਣੇ 'ਚ ਸਾਡੀ ਸਰਕਾਰ ਬਣਨੀ ਔਰ ਜੰਮੂ ਕਸ਼ਮੀਰ ਆਜ਼ਾਦ ਹੋਣ ਤੋਂ ਬਾਅਦ, ਧਾਰਾ 370 ਹਟਣ ਤੋਂ ਬਾਅਦ, ਇੰਡੀਵਿਜੁਅਲ ਸਟੇਟ ਦਾ ਦਰਜਾ ਲੈਣ ਤੋਂ ਬਾਅਦ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ, ਜਿੱਥੇ ਅਗਰ ਗੱਲ ਕਰੀਏ ਅੱਜ ਪੂਰੇ ਦੇਸ਼ ਦੇ ਵਿੱਚ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਨਮਦਿਨ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ, ਉੱਥੇ ਦੂਜੀ ਪਾਰਟੀ ਵੱਲੋਂ ਦਿੱਲੀ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲਿਆ, ਉਹ ਆਪਣੇ ਤਰੀਕੇ ਨਾਲ ਇੱਕ ਸੈਲੀਬ੍ਰੇਟ ਕਰ ਰਹੇ ਨੇ, ਤਾਂ ਇਸ ਵੇਲੇ ਗਏ ਹਾਂ ਬੀਜੇਪੀ ਦੇ ਪਾਰਟੀ ਦਫ਼ਤਰ 'ਤੇ ਜਾਣਦੇ ਹਾਂ ਕਿ ਜਿੱਥੇ ਅੱਜ ਕਿੱਦਾਂ ਆਪਣੀ ਤੁਸੀਂ ਖੁਸ਼ੀ ਜਿਹੜੀ ਜ਼ਾਹਿਰ ਕਰ ਰਹੇ ਹੋ, ਕਿਉਂਕਿ ਪਹਿਲਾਂ ਤੁਸੀਂ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਕੇਜਰੀਵਾਲ ਜਿਹੜੇ ਨੇ ਉਹ ਆਪਣਾ ਅਸਤੀਫਾ ਦੇਣ, ਫਾਈਨਲੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈਗਾ ਵੈ, ਅਤੇ ਨਵੇਂ ਮੁੱਖ ਮੰਤਰੀ ਦੇ ਚੁਣਾਵ ਜਿਹੜਾ ਨਾਮ ਵੀ ਅੱਗੇ ਆ ਗਿਆ, ਕਿੱਦਾਂ ਦੇਖਦੇ ਹੋ? ਦੇਖੋ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ, ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨਵੇਂ ਭਾਰਤ ਦੇ ਨਿਰਮਾਣ ਕਰਨ ਵਾਲੇ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਆ ਔਰ ਸਾਰੀ ਦੁਨੀਆ ਦੇ ਵਿੱਚ ਲੋਕ ਉਹਨੂੰ ਸੈਲੀਬ੍ਰੇਟ ਕਰ ਰਹੇ ਨੇ, ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਮੂਹ ਦੇਸ਼ ਵਾਸੀਆਂ ਨੂੰ। ਦੂਸਰੀ ਗੱਲ, ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਜਾਂ ਕੇਜਰੀਵਾਲ ਦੇ ਅਸਤੀਫੇ ਦਾ ਸਵਾਲ ਹੈ, ਬੜੀ ਸਿੱਧਾ ਸਿੱਧਾ ਇਹ ਸ਼ਹਿ ਔਰ ਮਾਤ ਦਾ ਖੇਡ ਆ। ਜੇ ਹੋਰ ਇਹਨੂੰ ਡਿਫਾਈਨ ਕਰੀਏ ਵੀ ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ। ਅਰਜ਼ਾਈਨ ਅਗਰ ਅਸੀਂ ਆਈਡੀਅਲ ਹਾਂ ਤਾਂ ਅਰਜ਼ਾਈਨ ਉਦੋਂ ਤੋਂ ਕਿਉਂ ਨਹੀਂ ਦਿੱਤਾ ਜਿੱਦਣ ਤੋਂ ਸਾਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ? ਜੇਲ੍ਹ 'ਚ ਇਸ ਤਰ੍ਹਾਂ ਹੀ ਤਾਂ ਨਹੀਂ ਭੇਜ ਦਿੱਤਾ ਜਾਂਦਾ। ਔਰ ਤੁਸੀਂ ਰਿਜ਼ਾਈਨ ਨਹੀਂ ਦਿੱਤਾ, ਹੁਣ ਜਦੋਂ ਸੁਪਰੀਮ ਕੋਰਟ ਨੇ ਤੁਹਾਡੀਆਂ ਸਾਰੀਆਂ ਪਾਵਰਾਂ ਵਿਦਡਰਾਅ ਕਰ ਲਈਆਂ,
ਇਹ ਹਿੰਦੁਸਤਾਨ ਦੇ ਇਤਿਹਾਸ 'ਚ, ਮੇਰੇ ਖਿਆਲ ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਏਗਾ ਕਿ ਕੋਈ ਆਦਮੀ ਆਪਣੀ ਸੁਪਰੀਮ ਪੋਸਟ 'ਤੇ ਬੈਠਾ ਹੋਵੇ ਔਰ ਕੋਰਟ ਉਹਦੇ ਲਈ ਆਰਡਰ ਜਾਰੀ ਕਰ ਦੇਵੇ ਵੀ ਨਾ ਤਾਂ ਉਹ ਦਫ਼ਤਰ ਜਾ ਸਕਦਾ, ਨਾ ਕੋਈ ਫਾਈਲ ਦੇਖ ਸਕਦਾ, ਨਾ ਸਾਈਨ ਕਰ ਸਕਦਾ। ਅਤੇ ਹੁਣੇ ਸ਼੍ਰੀਮਾਨ ਜੀ ਕਿਹੜੇ ਮੂੰਹ ਨਾਲ ਅਸਤੀਫਾ ਦੇ ਰਹੇ ਨੇ ਅਤੇ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਮੁੱਖ ਮੰਤਰੀ ਕਹਾਉਂਦੇ ਨੇ। ਇਹ ਤਾਂ ਇਹਨਾਂ ਨੂੰ ਵੀ ਅੱਜ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ, ਇਹਨਾਂ ਦੇ ਵਰਕਰਾਂ ਨੂੰ ਵੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ। ਸਰ, ਇੱਥੇ ਤਾਂ ਏਜੰਸੀਆਂ ਕੋਰਟ ਵੀ ਮੰਨਿਆ, ਕੋਰਟ ਵੀ ਕਹਿ ਰਹੀ ਹੈ ਕਿ ਜਿਹੜੇ ਸਰਕਾਰਾਂ ਦੇ ਇਸ ਟਾਈਮ ਤੋਤਾ ਬਣਿਆ ਏਜੰਸੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਦੇ 'ਤੇ ਤੁਸੀਂ, ਤੁਹਾਡਾ ਕੀ ਕਹਿਣਾ? ਨਹੀਂ, ਏਜੰਸੀਆਂ ਕੋਈ ਨਵੀਆਂ ਨਹੀਂ, ਏਜੰਸੀਆਂ ਹਮੇਸ਼ਾ ਹੀ ਕੰਮ ਕਰਦੀਆਂ ਹੁੰਦੀਆਂ ਨੇ। ਤੋਤੇ ਸਰ ਦੇ ਵਿੱਚ ਜੇ ਕਹਿਣਾ ਪੈ ਗਿਆ ਕਿਉਂਕਿ ਤੋਤੇ ਵਰਗੇ ਕੰਮ ਕਰ ਰਹੀਆਂ ਨੇ, ਉਹਨੂੰ ਦੇਖਣਾ ਚਾਹੀਦਾ, ਉਹਨੂੰ ਥੋੜ੍ਹਾ ਧਿਆਨ ਰੱਖਣਾ ਚਾਹੀਦਾ, ਇਹਦੇ ਤੁਹਾਡਾ ਕੀ ਕਹਿਣਾ? ਗੱਲ ਇਹ ਹੈ ਕਿ ਜਿਹੜੀ ਕੋਈ ਵੀ ਏਜੰਸੀ ਆ, ਚਾਹੇ ਕੋਈ ਵੀ ਸੰਸਥਾ, ਆਫਟਰ ਆਲ ਉਹ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ, ਕਿਸੇ ਸਰਕਾਰਾਂ ਦੇ ਅੰਡਰ ਹੁੰਦੀਆਂ ਨੇ। ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਜੋ ਪੰਜਾਬ ਭੁਗਤ ਰਿਹਾ, ਇੱਥੇ ਕਿਹੜਾ ਤੋਤਾ ਬੋਲ ਰਿਹਾ, ਕਿਹੜਾ ਤੋਤਾ ਕੰਮ ਕਰ ਰਿਹਾ? ਸਾਨੂੰ ਆਏ ਤਾਂ 2-2.5 ਸਾਲ ਹੋਏ ਨੇ, 75 ਸਾਲਾਂ ਤੋਂ ਇਹਨਾਂ ਦੇ ਹੱਥੀ ਸੀ ਸਾਡਾ ਮਤਲਬ ਪੂਰਾ ਰਾਜ। ਹੁਣ ਜੇ 2.5 ਸਾਲ ਦੇ ਵਿੱਚ ਤੁਸੀਂ ਇਹ ਹਾਲ ਕਰਤਾ, ਜੇ ਤੁਹਾਨੂੰ ਹੋਰ ਸਮਾਂ ਮਿਲ ਗਿਆ ਤੁਸੀਂ ਕੀ ਕਰੋਗੇ? ਦੇਖੋ, ਅੱਜ ਸਭ ਤੋਂ ਵੱਡਾ ਕਰਪਸ਼ਨ ਦਾ ਚਾਰਜ ਇਹਨਾਂ ਦੇ ਉੱਤੇ ਲੱਗਿਆ। ਤੁਸੀਂ ਮੇਰੀ ਗੱਲ ਟੋਕਤੀ, ਮੇਰੀ ਗੱਲ ਪੂਰੀ ਨਹੀਂ ਸੀ ਹੋਈ, ਮੈਂ ਤੁਹਾਨੂੰ ਗੱਲ ਬੇਨਤੀ ਕੀਤੀ ਸੀ, ਸ਼ਹਿ ਔਰ ਮਾਤ ਦਾ ਖੇਡ ਆ। ਇਹ ਕੇਜਰੀਵਾਲ ਜੀ ਨੇ ਸਾਡੇ ਕਿਸੇ ਦੇ ਅਸਤੀਫਾ ਨਹੀਂ ਦਿੱਤਾ, ਇਹਨਾਂ ਨੂੰ ਅਸਤੀਫਾ ਇਸ ਕਰਕੇ ਦੇਣਾ ਪਿਆ ਕਿਉਂਕਿ ਇਹ ਇੱਕ ਮਾਤਰ ਐਸਾ ਅਨਸਿਕਿਉਰਡ ਲੀਡਰ ਆ ਜਿਹੜਾ ਆਪਣੀ ਕੁਰਸੀ ਨਾਲ ਬਹੁਤ ਪਿਆਰ ਕਰਦਾ। ਜਦੋਂ ਇਹਨੂੰ ਪਤਾ ਲੱਗਿਆ ਸੰਜੇ ਜੀ ਦੀ ਜ਼ਮਾਨਤ ਹੋ ਗਈ, ਇਹਨਾਂ ਦੇ ਸੀਨੀਅਰ ਲੀਡਰ ਨੇ, ਉਹ ਤੋਂ ਬਾਅਦ ਹੋ ਗਈ ਇਹਨਾਂ ਦੇ ਦੂਸਰੇ ਜਿਹੜੇ ਉਪ ਮੁੱਖ ਮੰਤਰੀ ਸੀਗੇ ਉਹਨਾਂ ਦੀ ਜ਼ਮਾਨਤ ਹੋ ਗਈ, ਕਿਤੇ ਨਾ ਕਿਤੇ ਆਵਾਜ਼ ਉੱਠਣ ਲੱਗ ਗਈ ਵੀ ਕੇਜਰੀਵਾਲ ਜੀ ਦੀ ਨਹੀਂ ਹੋਈ ਤਾਂ ਇਹਨਾਂ 'ਚੋਂ ਸੀਨੀਅਰ ਬੰਦੇ ਨੇ ਮੁੱਖ ਮੰਤਰੀ ਬਣਾ ਦਈਏ। ਹੁਣ ਕੁਰਸੀ ਨੂੰ ਉਹਨਾਂ ਨੇ ਫੜ ਕੇ ਪਾਵੇ ਤੋਂ ਬਹਿ ਗਏ। ਇਹ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਵੀ ਉਹ ਆਪਣਾ ਤਾਂ ਅਸਤੀਫਾ ਦੇ ਰਹੇ ਨੇ, ਨਾਲ ਆਪਣੇ ਉਪ ਮੁੱਖ ਮੰਤਰੀ ਦਾ ਦੇ ਰਹੇ ਨੇ। ਇੱਥੋਂ ਪਤਾ ਲੱਗਦਾ ਕਿ ਇਹ ਅਨਸਕਿਉਰਟੀ ਦੀ ਭਾਵਨਾ ਸੀ। ਔਰ ਇਸੇ ਕੜੀ ਦੇ ਵਿੱਚ ਇਹਨਾਂ ਨੇ ਜਿਹੜਾ ਅੱਜ ਨਾਮ ਅਨਾਊਂਸ ਕੀਤਾ, ਇਹ ਤੋਂ ਵੱਧ ਉਹਨਾਂ ਨੂੰ ਹੋਰ ਰਬੜ ਸਟੈਂਪ ਮਿਲ ਵੀ ਨਹੀਂ ਸੀ ਸਕਦੀ। ਸਰ, ਰਾਹੁਲ ਗਾਂਧੀ ਜੀ ਵਾਸਤੇ ਕੀ ਕਹੋਗੇ, ਜਿਵੇਂ ਹੁਣ ਪਿੱਛੇ ਪ੍ਰੈਸ ਕਾਨਫਰੰਸ ਤੁਸੀਂ ਥੋੜ੍ਹੇ ਘੰਟੇ ਪਹਿਲਾਂ ਕੀਤੀ ਔਰ ਉਹਦੇ 'ਤੇ ਕੁਝ ਚਰਚਾਵਾਂ ਵਿਦੇਸ਼ੀ ਜਦੋਂ ਸਮੇਂ 'ਤੇ ਉਹਨਾਂ ਨੇ ਸਪੀਚਾਂ ਦਿੱਤੀਆਂ ਉਹਦੇ ਉੱਤੇ ਕੀਤੀ ਗਈ ਹੈ, ਉਹ ਕਿਵੇਂ ਦੇਖਦੇ ਉਹਨਾਂ ਦਾ ਟੂਰ ਤੁਸੀਂ? ਦੇਸ਼ ਨੂੰ ਤੋੜਨ ਦੇ ਵਿੱਚ ਅਗਰ ਸਭ ਤੋਂ ਵੱਡਾ ਕਿਸੇ ਦਾ ਹੱਥ ਆ ਤਾਂ ਉਹ ਕਾਂਗਰਸ ਦਾ ਹਮੇਸ਼ਾ ਤੋਂ ਰਿਹਾ। ਡਿਵਾਈਡ ਐਂਡ ਰੂਲ ਦੀ ਜਿਹੜੀ ਨੀਤੀ ਆ ਹਮੇਸ਼ਾ ਕਾਂਗਰਸ ਦੀ ਰਹੀ ਆ, ਉਸੇ ਨੀਤੀ 'ਤੇ ਅੱਜ ਰਾਹੁਲ ਗਾਂਧੀ ਕੰਮ ਕਰ ਰਹੇ ਨੇ, ਇਹ ਕਿਸੇ ਨੂੰ ਕਹਿਣ ਜਾਂ ਦੱਸਣ ਦੀ ਜ਼ਰੂਰਤ ਨਹੀਂ। ਅੱਜ ਵੀ ਅਗਰ ਦੇਸ਼ ਤਰੱਕੀ ਕਰ ਰਿਹਾ, ਅੱਗੇ ਵੱਧ ਰਿਹਾ, ਤਾਂ ਉਹਦੇ ਵਿੱਚ ਰੋੜਾ ਬਣਨ ਦੀ ਕੋਸ਼ਿਸ਼ ਕੌਣ ਕਰ ਰਿਹਾ? ਰਾਹੁਲ ਗਾਂਧੀ ਕਰ ਰਿਹਾ। ਇੱਕ ਉਹ ਸਮਾਂ ਸੀ, ਤੁਸੀਂ ਯਾਦ ਕਰੋ, ਕਿ ਬਤੌਰ ਹਿੰਦੁਸਤਾਨ ਨੂੰ ਰੀਪ੍ਰਜੈਂਟ ਕਰਨ ਦੇ ਲਈ ਓਪੋਜੀਸ਼ਨ ਦੇ ਲੀਡਰ ਅਟਲ ਬਿਹਾਰੀ ਵਾਜਪਾਈ ਜੀ UN 'ਚ ਜਾ ਕੇ ਬੋਲੇ ਸੀ, ਇਹ ਆ ਦੇਸ਼ ਦੀ ਭਾਵਨਾ। ਔਰ ਇੱਕ ਪਾਸੇ ਓਪੋਜੀਸ਼ਨ ਦਾ ਲੀਡਰ ਆਪਣੇ ਦੇਸ਼ ਦਾ ਭੰਡੀ ਪ੍ਰਚਾਰ ਕਰਨ ਲਈ ਉਹਨਾਂ ਲੋਕਾਂ ਕੋਲ ਜਾ ਕੇ ਬੈਠਦਾ, ਉਹਨਾਂ ਨਾਲ ਗੱਲਾਂ ਕਰਦਾ ਜਿਹੜੇ ਲੋਕਾਂ ਦੇ ਉੱਤੇ ਦੇਸ਼ ਨੂੰ ਤੋੜਨ ਮਰੋੜਨ ਦੇ ਲਗਾਤਾਰ ਇਲਜ਼ਾਮ ਨੇ, ਅਤੇ ਫਿਰ ਤੁਸੀਂ ਉਹਨਾਂ ਬਾਰੇ ਕੀ ਕਹੋਗੇ? ਸਰ, ਇਹ ਤਾਂ ਜਨਤਾ ਮਹਿਸੂਸ ਨਹੀਂ ਕਰ ਪਾ ਰਹੀ ਕਿ ਸਾਡੇ ਨਾਲ ਹੋ ਕੀ ਰਿਹਾ। ਦੇਖੋ, ਤੁਹਾਡੀ ਪਾਰਟੀ 'ਚ ਰਵਨੀਤ ਬਿੱਟੂ ਜੀ ਨੇ ਥੋੜ੍ਹੀ ਦੇਰ ਪਹਿਲਾਂ, ਅਗਰ ਮੈਂ ਤੁਹਾਡੇ ਨਾਲ ਹੁਣੇ ਗੱਲ ਕਰਾਂਗਾ,
ਕਿ ਕਿਸ ਪ੍ਰਕਾਰ ਦੇ ਨਾਲ ਅੱਜ ਦੇ ਐਮ ਪੀ ਜਿਹੜੇ ਕਿ ਸਾਡੇ ਲੁਧਿਆਣਾ ਸ਼ਹਿਰ ਦੇ ਹੈਗੇ ਨੇ ਉਹ ਕਿੱਦਾਂ ਕੰਮ ਕਰ ਰਹੇ ਨੇ, ਤੁਸੀਂ ਕਹੋਗੇ ਜੇ ਸਹੀ ਤਰੀਕੇ ਨਾਲ ਨਹੀਂ ਕਰ ਰਹੇ। ਅਗਰ ਉਹੀ ਬਿੱਟੂ ਜੀ ਪਹਿਲਾਂ ਇੱਥੇ 10 ਸਾਲ ਤੁਹਾਡੇ ਕੋਲ ਇੱਥੇ ਰਹੇ, 5-10 ਸਾਲ ਸੇਵਾ ਨਿਭਾਈ ਹੈ ਇੱਥੇ ਸਾਡੇ ਸ਼ਹਿਰ ਦੀ ਨਿਭਾਈ ਹੈ, ਬਟ ਹੁਣ ਉਹ ਤੁਹਾਡੀ ਪਾਰਟੀ 'ਚ ਨੇ, ਉਹਨਾਂ ਵਾਸਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬਿੱਟੂ ਜੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਆ, ਉਹਨਾਂ ਨੂੰ ਰੇਲਵੇ ਮੰਤਰਾਲਿਆ ਮਿਲਿਆ, ਉਹ ਆਪਣੀ ਬਖੂਬੀ ਉਹਦਾ ਕੰਮ ਕਰ ਰਹੇ ਨੇ, ਠੀਕ ਹੈ ਨਾ। ਜੋ ਰੇਲਵੇ ਦੀਆਂ ਸਕੀਮਾਂ ਨੇ, ਰੇਲਵੇ ਦੇ ਜਿਹੜੇ ਹਿੰਦੁਸਤਾਨ ਦੀ ਡਿਵੈਲਪਮੈਂਟ ਦੇ ਲਈ ਐਡੇ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਯੋਗਦਾਨ ਉਹ ਕਰ ਰਹੇ ਨੇ। ਪਰ ਉਹਨਾਂ ਦਾ ਸੀਟ ਜਿਹੜੀ ਪਹਿਲਾਂ ਸੀਗੀ ਉਹ ਦੂਜੀ ਪਾਰਟੀ ਦੇ ਵਿੱਚ ਵੀ ਇੱਥੇ ਐਮ ਪੀ ਰਹੇ ਸੀਗੇ ਜਿੱਥੇ ਹੁਣ ਰਾਜਾ ਵੜਿੰਗ ਜੀ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਰਾਜਾ ਵੜਿੰਗ ਜੀ ਨੂੰ ਜਿੱਥੇ ਤੱਕ ਦੇਖਣ ਦੀ ਗੱਲ ਆ, ਰਾਜਾ ਵੜਿੰਗ ਜੀ ਤਾਂ ਇੱਕ ਮਤਲਬ ਹੋਛੀ ਗੱਲ ਕਰਨ ਵਾਲੇ ਇਨਸਾਨ ਦੇ ਤੌਰ 'ਤੇ ਮੈਂ ਦੇਖਦਾ ਉਹਨੂੰ, ਜਦੋਂ ਵੀ ਗੱਲ ਕਰਦਾ ਇੰਨੀ ਇਰੀਟੇਸ਼ਨ 'ਚ ਕਰਦਾ। ਅਤੇ ਉਹ ਦੋ ਲੀਡਰ ਨੇ ਪੰਜਾਬ 'ਚ ਗਿਣੇ ਜਾਂਦੇ, ਪਹਿਲਾਂ ਉਹ ਇੱਕ ਅਕਾਲੀ ਦਲ 'ਚ ਆ ਬਿਕਰਮਜੀਤ ਸਿੰਘ ਮਜੀਠੀਆ ਜੀ, ਇਹ ਦੂਜੇ ਇਹ ਨੇ। ਇਹਨਾਂ ਨੂੰ ਮਤਲਬ ਕੋਈ ਗੱਲ ਕਰਨ ਦੇ ਲਈ ਇਹਨਾਂ ਨੇ ਪੂਰਾ ਜ਼ੋਰ ਲਾ ਕੇ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਗੱਲਾਂ ਦੇ 'ਚ ਤੱਥ ਕੋਈ ਨਹੀਂ ਹੁੰਦਾ। ਉਹ ਰਾਜਾ ਵੜਿੰਗ ਜੀ ਨੂੰ ਇਹ ਤੋਂ ਵੱਧ ਆਪਾਂ ਪਦਵੀ ਕੀ ਦੇ ਸਕਦੇ ਹਾਂ? ਅਤੇ ਹੁਣ ਅੱਗੇ ਜਿਵੇਂ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਆ ਰਹੇ ਨੇ, ਅਤੇ ਕਿੱਦਾਂ ਦੇਖਦੇ ਹੋ ਪੰਜਾਬ ਅਤੇ ਇੱਧਰ ਦੋਨਾਂ ਥਾਵਾਂ ਨੂੰ? ਦੇਖੋ, ਹਰਿਆਣੇ ਦੇ ਵਿੱਚ ਔਰ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਬਹੁਤ ਉੱਪਰ ਜਾ ਰਿਹਾ, ਔਰ ਤੀਸਰੀ ਵਾਰੀ ਹਰਿਆਣੇ 'ਚ ਸਾਡੀ ਸਰਕਾਰ ਬਣਨੀ ਹੈ, ਔਰ ਜੰਮੂ ਕਸ਼ਮੀਰ ਆਜ਼ਾਦ ਹੋਣ ਤੋਂ ਬਾਅਦ, ਧਾਰਾ 370 ਹਟਣ ਤੋਂ ਬਾਅਦ, ਇੰਡੀਵਿਜੁਅਲ ਸਟੇਟ ਦਾ ਦਰਜਾ ਲੈਣ ਤੋਂ ਬਾਅਦ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂ। ਜਿੰਨੀ ਉੱਥੇ ਡਿਵੈਲਪਮੈਂਟ ਹੋਈ ਹੈ, ਜਿੰਨੇ ਉੱਥੇ ਦੇ ਲੋਕ ਖੁਸ਼ ਨੇ, ਸੋ ਉਹ ਇਸ ਗੱਲ ਦੇ ਲਈ ਬਹੁਤ ਵੱਡਾ ਇੱਕ ਮੈਸੇਜ ਆ ਰਿਹਾ। ਅੱਛਾ, ਅਕਸਰ ਤੁਹਾਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਸਰਕਾਰ ਬਣੇਗੀ, ਅਕਸਰ ਦੇਖਿਆ ਜਾਂਦਾ ਹੈਗਾ ਵੀ ਕਿ ਵਿਦੇਸ਼ਾਂ ਦੀਆਂ ਅਸੀਂ ਚਰਚਾਵਾਂ ਕਰਦੇ ਹਾਂ, ਬਹੁਤ ਸਾਰੇ ਸਾਡੇ ਹਰ ਮਹਿਕਮੇ ਦੇ ਲੋਕ ਜਿਹੜੇ ਨੇ ਆਪਣੇ ਆਪਣੇ ਡਿਪਾਰਟਮੈਂਟ ਦੇ ਅਕੋਰਡਿੰਗ, ਭਾਵੇਂ ਕਾਰਪੋਰੇਸ਼ਨ ਦੇ ਹੋਣ, ਭਾਵੇਂ ਟੀਚਰਸ ਹੋਣ, ਹਰ ਬੰਦੇ ਵਿਦੇਸ਼ ਜਾਂਦੇ, ਤੁਹਾਨੂੰ ਵੀ ਮੌਕਾ ਮਿਲਦਾ, ਸਾਰਿਆਂ ਨੂੰ ਜਾਣ ਦਾ ਵਿਦੇਸ਼ ਮੌਕਾ ਮਿਲਦਾ, ਕਿੱਦਾਂ ਕੰਮ ਕਰ ਰਹੀ ਉੱਥੇ ਸੰਸਥਾਵਾਂ, ਕਿੱਦਾਂ ਉੱਥੇ ਦੇਸ਼ ਤਰੱਕੀ ਕਰ ਰਿਹਾ ਵੈ, ਕੀ ਜ਼ਰੂਰਤਾਂ ਜਿਹੜੀਆਂ ਨੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ, ਅਤੇ ਉਹਨਾਂ ਲੋਕ ਉਹਨਾਂ ਦੇ ਪ੍ਰਤੀ ਕੀ ਕਰ ਰਹੇ ਆਪਣੇ ਦੇਸ਼ ਦੇ ਲਈ। ਅਤੇ ਆਪਣੇ ਦੇਸ਼ ਦੀ ਅਗਰ ਗੱਲ ਕਰੀਏ ਤਾਂ ਜਨਤਾ ਦਾ ਕਿਹੜੀ ਚੀਜ਼ਾਂ ਜਿਹੜੀ ਜਨਤਾ ਤੱਕ ਪ੍ਰੋਵਾਈਡ ਕਰਾਈ ਜਾ ਰਹੀ ਹੈ, ਖਾਸ ਤੌਰ 'ਤੇ ਮਿਡਲ ਕਲਾਸ ਦੀ ਅਗਰ ਗੱਲ ਕਰੀਏ, ਤਾਂ ਤੁਹਾਡੇ ਵੱਲੋਂ ਅਗਰ ਗੌਰਮੈਂਟ ਆਉਂਦੀ ਤਾਂ ਕੀ ਚੀਜ਼ਾਂ ਜਿਹੜੀਆਂ ਮਿਡਲ ਕਲਾਸ ਨੂੰ ਦਿੱਤੀ ਜਾਏਗੀ? ਕਿਉਂਕਿ ਅਮੀਰ ਹੋ ਰਿਹਾ, ਗਰੀਬ ਗਰੀਬ ਹੋ ਰਿਹਾ, ਲੇਕਿਨ ਸਾਰੇ ਪਾਸੇ ਜਿਹੜਾ ਟੈਕਸ ਦਾ ਪਈਆ ਮਿਡਲ ਕਲਾਸ 'ਤੇ ਆਈ ਖੜ ਜਾਂਦਾ। ਜਿਹੜਾ ਪਿਛਲਾ 10 ਸਾਲ ਔਰ ਮੋਦੀ ਜੀ ਦੀ ਇਹ ਤੀਸਰੀ ਟਰਮ ਚਾਲੂ ਸ਼ੁਰੂ ਹੋਈ ਆ, ਔਰ ਕਾਂਗਰਸ ਦੇ ਪਿਛਲੇ 65 ਸਾਲ, ਤੁਸੀਂ ਤੁਲਨਾ ਕਰਕੇ ਦੇਖੋ ਨਾ, ਹਰ ਚੀਜ਼ ਉਹ ਪਬਲਿਕ ਤੱਕ ਪਹੁੰਚਣੀ ਸ਼ੁਰੂ ਹੋਈ ਆ ਜਿਹੜੀ ਉਹ ਇੱਕ ਆਮ ਆਦਮੀ ਜੋ ਉਹਨੂੰ ਡਿਜ਼ਰਵ ਕਰਦਾ। ਇੱਕ ਸਮਾਂ ਸੀ ਕਿ ਅਗਰ ਕਿਸੇ ਨੂੰ ਆਪਣਾ ਕੋਈ ਕਿਸੇ ਵੀ ਆਪਦਾ ਦਾ, ਚਾਹੇ ਕੁਦਰਤੀ ਆਪਦਾ ਹੋਵੇ, ਚਾਹੇ ਕੋਈ ਕਿਸੇ ਤਰ੍ਹਾਂ ਦਾ ਕੋਈ ਹੋਰ ਆਪਦਾ ਹੋਵੇ, ਅਗਰ ਸਰਕਾਰ ਵੱਲੋਂ ਕੋਈ ਸੁਵਿਧਾ ਮਿਲਣੀ ਹੁੰਦੀ ਸੀ, ਤਾਂ ਉਹ ਸੁਵਿਧਾ ਲੈਣ ਦੇ ਲਈ ਉਹਦੀਆਂ ਜੁੱਤੀਆਂ ਟੁੱਟ ਜਾਂਦੀਆਂ ਸੀ। ਅੱਜ ਜਦੋਂ ਤੋਂ ਮੋਦੀ ਜੀ ਨੇ ਜਨਧਨ ਯੋਜਨਾ ਰਾਹੀਂ ਹਰੇਕ ਦੇ ਖਾਤੇ ਖਿਲਾ ਤੇ, ਉਹਨਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਤਾ, ਅੱਜ ਜਿਸ ਆਦਮੀ ਨੂੰ ਜੋ ਸੁਵਿਧਾ ਸਰਕਾਰ ਤੋਂ ਮਿਲਣੀ ਆ, ਉਹ ਡਾਇਰੈਕਟ ਉਹਦੇ ਅਕਾਊਂਟ 'ਚ ਆ ਰਹੀ ਆ। ਮੈਂ ਦੇਖੋ, ਇਹ ਕੌਣ ਆ, ਸੁਵਿਧਾ ਲੈਣ ਵਾਲਾ ਕੌਣ ਹੁੰਦਾ? ਕਿਉਂਕਿ ਕਾਨੂੰਨ ਸ਼ਰਤਾਂ ਲੱਗੀਆਂ ਹੁੰਦੀਆਂ ਕਿ ਇਹ ਬੰਦਾ ਘਰੋਂ ਨੌਕਰੀ ਨਾ ਕਰਦਾ ਹੋਵੇ ਜਾਂ ਘਰ ਆ ਚੀਜ਼ਾਂ ਨਾ ਹੁੰਦਾ। ਕੋਈ ਐਸਾ ਨਹੀਂ, ਤੁਸੀਂ ਫਿਰ ਅਸੀਂ ਗਲਤ ਉੱਤੇ ਜਾ ਰਹੇ ਹਾਂ। ਤੁਸੀਂ ਇੱਕ ਬੈਂਕ ਅਕਾਊਂਟ ਧਾਰੀ ਹੋ, ਤੁਹਾਡੇ 'ਤੇ ਕਿਹੜੀ ਸ਼ਰਤ ਆ? ਤੁਹਾਡਾ ਇੱਕ ਆਧਾਰ ਕਾਰਡ ਬਣਿਆ ਹੋਇਆ, ਕਿਹੜੀ ਸ਼ਰਤ ਆ? ਸ਼ਰਤਾਂ ਦਾ ਹੁੰਦਾ ਕੋਈ ਨੀਲਾ ਕਾਰਡ, ਕੋਈ ਹੋਰ ਅਸੀਂ ਗਰੀਬੀ ਰੇਖਾ ਤੋਂ ਥੱਲੇ ਦੇ ਕੋਈ ਕਾਰਡ ਬਣਾਉਣੇ ਆ, ਕੁਛ ਹੋਰ ਆ, ਉਹਨਾਂ ਦੇ ਵਿੱਚ ਸ਼ਰਤਾਂ ਹੁੰਦੀਆਂ ਨੇ, ਠੀਕ ਆ ਨਾ। ਲੇਕਿਨ ਜਿਹੜੇ ਇਹ ਚੀਜ਼ਾਂ ਨੇ, ਇਹਨਾਂ ਦੇ ਵਿੱਚ ਤਾਂ ਕੋਈ ਸ਼ਰਤ ਨਹੀਂ। ਹਰ ਉਸ ਆਦਮੀ ਨੂੰ ਦੇਖੋ, ਇੱਕ
ਕੋਈ ਇਸ ਤਰ੍ਹਾਂ ਦਾ ਹੁੰਦਾ ਕਿਸੇ ਦਾ ਰੋਡ ਐਕਸੀਡੈਂਟ ਹੋ ਗਿਆ, ਰੋਡ ਐਕਸੀਡੈਂਟ 'ਤੇ ਸਰਕਾਰ ਨੇ ਕੋਈ ਮੁਆਵਜ਼ਾ ਦੇਣਾ, ਤੁਹਾਨੂੰ ਪਤਾ ਪਿਛਲੇ ਇਤਿਹਾਸ ਚੱਕ ਕੇ ਦੇਖ ਲਓ, ਲੋਕ ਅਗਲੇ ਨੂੰ ਜੇ ਮੁਆਵਜ਼ਾ ਲੈਣਾ ਹੁੰਦਾ ਸੀਗਾ ਉਹ ਐਸ ਡੀ ਐਮ ਤੋਂ ਲੈ ਕੇ ਥੱਲੇ ਤੱਕ ਤਹਿਸੀਲਦਾਰ, ਪੰਚ, ਸਰਪੰਚ, ਇੰਨੇ ਲੋਕ ਵਿੱਚ ਪੈ ਜਾਂਦੇ ਸੀਗੇ ਉਹ ਬੰਦੇ ਨੂੰ। ਜੇ ਮੰਨ ਲਓ ਉਹਨੂੰ ਲੱਖ ਰੁਪਈਆ ਮੁਆਵਜ਼ੇ ਦਾ ਆ ਰਿਹਾ, ਉਹਨੂੰ ਜੇ 10,000 ਵੀ ਮਿਲ ਜਾਂਦਾ ਸੀ ਉਹ ਕਹਿੰਦਾ ਸੀ ਬਹੁਤ ਮੈਂ ਗੰਗਾ ਨਹਾ ਲਿਆ, ਜੋ ਮੇਰੇ ਕੋਲ ਆ ਗਿਆ ਮੈਂ ਸਫੀਸ਼ੀਐਂਟ ਹਾਂ। ਇਹੀ ਫਰਕ ਆਇਆ ਕਿ ਅੱਜ ਜੇ ਲੱਖ ਤੁਰਿਆ ਤਾਂ ਲੱਖ ਉਹਦੇ ਖਾਤੇ 'ਚ ਜਾ ਰਿਹਾ। ਅਗਰ ਅੱਜ ਜਿੰਨੀਆਂ ਸੁਵਿਧਾਵਾਂ ਬਿਨਾਂ ਕਿਸੇ ਭੇਦਭਾਵ ਦੇ ਜਿੰਨੀਆਂ ਮੋਦੀ ਜੀ ਨੇ ਸਕੀਮ ਸ਼ੁਰੂ ਕੀਤੀਆਂ ਨੇ, ਚਾਹੇ ਉਹ ਕੋਈ ਵੀ ਸਕੀਮ ਆ, ਚਾਹੇ ਅੰਸ਼ੁਮਨ ਕਾਰਡ ਦੀ ਆ, ਚਾਹੇ ਕੋਈ ਹੋਰ ਆ, ਹਰੇਕ ਦੇ ਵਿੱਚ ਬਿਨਾਂ ਕਿਸੇ ਖੇਤਰਵਾਦ ਦੇ ਕਿ ਕਿਹੜੇ ਪ੍ਰਦੇਸ਼ ਦਾ ਮਾਮਲਾ, ਬਿਨਾਂ ਕਿਸੇ ਧਰਮ ਦੇ, ਬਿਨਾਂ ਕਿਸੇ ਜਾਤ ਦੇ, ਕੋਈ ਕੰਡੀਸ਼ਨ ਨਹੀਂ। ਹਰੇਕ ਦੇ ਲਈ ਜਿਹੜਾ ਹਿੰਦੁਸਤਾਨ ਵਾਸੀ ਆ ਉਹਦੇ ਲਈ ਬਰਾਬਰ ਦਾ ਹੱਕ ਲੈ ਕੇ ਉਹ ਆ ਰਹੇ ਨੇ, ਇਹੀ ਬਹੁਤ ਵੱਡੀ ਉਪਲਬਧੀ ਆ। ਜਾਂਦੇ ਜਾਂਦੇ ਲੁਧਿਆਣਾ ਵਾਸੀਆਂ ਤੁਸੀਂ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ ਅੱਜ ਇਸ ਮੌਕੇ ਤੇ ਪ੍ਰਧਾਨ ਮੰਤਰੀ ਜਨਮ ਦਿਨ? ਅੱਜ ਦੇ ਇਸ ਸ਼ੁਭ ਦਿਹਾੜੇ 'ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਅੱਗੇ, ਅਕਾਲ ਪੁਰਖ ਅੱਗੇ ਕਿਰਪਾ ਬੇਨਤੀ ਕਰਦਾ ਵੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਇੱਕ ਲੰਬਾ ਜੀਵਨ ਦੇਣ, ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ, ਵਿਸ਼ਵ ਦੀ ਤਰੱਕੀ ਦੇ ਵਿੱਚ, ਸਾਡੇ ਦੇਸ਼ ਵਾਸੀਆਂ ਦੀ ਤਰੱਕੀ ਦੇ ਵਿੱਚ ਆਪਣਾ ਉਹ ਯੋਗਦਾਨ ਜਿਸ ਢੰਗ ਦੇ ਨਾਲ ਲੱਗੇ ਨੇ ਉਹ ਹੋਰ ਪਾਉਣ, ਇਹੀ ਮੇਰਾ ਸਾਰਿਆਂ ਨੂੰ ਨਿਵੇਦਨ ਔਰ ਅਕਾਲ ਪੁਰਖ ਅੱਗੇ ਬੇਨਤੀ ਹੈ। ਧੰਨਵਾਦ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।